ਕਰੀਏ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ ਇੱਕ ਵਾਰ ਫੇਰ ਜਿਹੜੇ ਨਵੇਂ ਜੁੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਣੀ ਦਾ ਦੂਸਰਾ ਪਦਾ ਵਿਚਾਰ ਰਹੇ ਹਾਂ ਜਿਹੜੀ ਸ਼ੁਰੂਆਤ ਦੇ ਵਿੱਚ ਜੋ ਗਿਆਨ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ ਹੈ ਪੇਜ ਨੰਬਰ 1 ਦੂਸਰਾ ਪਦਾ ਅਸੀਂ ਪਿੱਛੇ ਜਿਹੜਾ ਸਰੂਪ ਹੈ ਅਕਾਲ ਪੁਰਖ ਦਾ ਉਹ ਵਿਚਾਰ ਆਏ ਆਂ ਔਰ ਪਹਿਲਾ ਜਿਹੜਾ ਪਦ ਆਸੀਂ ਵਿਚਾਰ ਆਏ ਆਂ ਅੱਜ ਅਸੀਂ ਦੂਸਰਾ ਪਦ ਵਿਚਾਰਨਾ ਹੈ ਜਿਹਦੇ ਚ ਅ ਹੁਕਮ ਦੀ ਗੱਲ ਹੈ ਔਰ ਹੁਕਮੀ ਦੀ ਗੱਲ ਹੈ ਔਰ ਅਸੀਂ ਇਹ ਚੰਗੀ ਤਰ੍ਹਾਂ ਅੱਜ ਖੋਲਣਾ ਹੈ ਬਾਣੀ ਨੂੰ ਬਾਣੀ ਦੇ ਨਾਲ ਜਿਵੇਂ ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਅ ਆਪਾਂ ਇਸ ਚੀਜ਼ ਨੂੰ ਅ ਪਹਿਲੀ ਪਹਿਲੀ ਜਿਹੜੀ ਲਾਈਨ ਆਪਾਂ ਪੜ੍ਹਦੇ ਆ ਹੁਕਮੀ ਹੋਵਨੇ ਆਕਾਰ ਇਹ ਹੁਣ ਕੀ ਹੋਇਆ ਇਹਦੇ ਵਾਸਤੇ ਇੱਕ ਅ ਗੁਰੂ ਅਰਜਨ ਪਾਤਸ਼ਾਹ ਦਾ ਸ਼ਲੋਕ ਹੈ ਕਹਿੰਦੇ ਆਵਤ ਇਹ ਸ਼ਲੋਕ ਆਪਾਂ ਤਾਂ ਲਿਆ ਸਭ ਤੋਂ ਪਹਿਲਾਂ ਕਿ ਸ਼ਲੋਕ ਦੇ ਵਿੱਚ ਬੜੀ ਅ ਬੜੀ ਪ੍ਰੈਸਾਈਜ਼ਲੀ ਬਹੁਤ ਕਮਾਲ ਦੀ ਗੱਲ ਕੀਤੀ ਹੁੰਦੀ ਹੈ ਸਿਰਫ ਦੋ ਲਾਈਨਾਂ ਦੇ ਵਿੱਚ ਦੋ ਲਾਈਨਾਂ ਦਾ ਜਿਹੜਾ ਬੰਦ ਹੁੰਦਾ ਉਹਨੂੰ ਸ਼ਲੋਕ ਕਹਿ ਦਿੰਦੇ ਆ ਕਹਿੰਦੇ ਕਿ ਆਵਤ ਹੁਕਮੇ ਬਿਨਾਸ ਹੁਕਮੇ ਆਗਿਆ ਭਿੰਨ ਨਾ ਕੋਈ ਆਵਨ ਜਾਣਾ ਤਹਿ ਮਿਟੈ ਨਾਨਕ ਜਹਿ ਮਨ ਸੋਏ ਆ ਦੋ ਲਾਈਨਾਂ ਨੇ ਇਹ ਸ਼ਲੋਕ ਪੁਥੀ ਪੰਨਾ ਨੰਬਰ 251 ਤੇ ਦਰਜ ਹੈ ਜੀ ਔਰ ਇਹ ਰਾਗ ਸੌਰੀ ਸੌਰੀ ਰਾਗ ਨਹੀਂ ਹੈ ਸ਼ਲੋਕ ਦਾ ਕੋਈ ਰਾਗ ਨਹੀਂ ਹੈ ਇਹ ਗੁਰੂ ਅਰਜਨ ਪਾਸ਼ਾ ਦਾ ਉਚਾਰਿਆ ਹੋਇਆ ਜੀਵ ਜਿਹੜਾ ਹੈ ਇਹ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਉਂਦਾ ਹੈ ਜੰਮਦਾ ਹੈ ਔਰ ਹੁਕਮ ਦੇ ਵਿੱਚ ਹੀ ਚਲਾ ਜਾਂਦਾ ਹੈ ਆਪਾਂ ਜਿਹਨੂੰ ਆਪਣੀ ਬੋਲੀ ਚ ਕਹਿ ਦਿੰਨੇ ਆ ਮਰ ਜਾਂਦਾ ਕੋਈ ਵੀ ਜੀਵ ਉਸ ਅਕਾਲ ਪੁਰਖ ਦੇ ਰੱਬ ਦੇ ਪ੍ਰਭੂ ਦੇ ਹੁਕਮ ਤੋਂ ਆਕੀ ਹੋ ਹੀ ਨਹੀਂ ਸਕਦਾ ਉਹ ਮਨਾ ਲੈਣਾ ਉਹਨੇ ਜਿਹੜਾ ਆ ਕੰਮ ਹੈ ਇਹ ਉਹਨੇ ਮਨਾ ਲੈਣਾ ਉਹਨੇ ਭੇਜ ਵੀ ਦੇਣਾ ਔਰ ਉਹਨੇ ਲੈ ਵੀ ਜਾਣਾ ਸੋ ਇਸ ਤੋਂ ਆਕੀ ਹੋਇਆ ਨਹੀਂ ਜਾ ਸਕਦਾ ਜਿਸ ਠਾਕੁਰ ਕੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰ ਇਹ ਪਾਣੇ ਦੇ ਵਿੱਚ ਹੁਕਮ ਦੇ ਵਿੱਚ ਆਉਣਾ ਹੀ ਪਏਗਾ। ਅੱਛਾ ਆਵਨ ਜਾਣਾ ਤਹਿ ਮਿਟੈ। ਨਾਨਕ ਜੇ ਮਨੇ ਸੋਇ। ਉਸ ਜੀਵ ਦਾ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਮੁੱਕ ਜਾਂਦਾ ਹੈ। ਜਿਹਦੇ ਮਨ ਵਿੱਚ ਅਕਾਲ ਪੁਰਖ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਜੇਹ ਮਨ ਸੋਇ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਨੇ ਉਸ ਚੀਜ਼ ਦੀ ਪਛਾਣ ਕਰ ਲਈ ਆਪਣੇ ਅੰਦਰ ਉਸ ਅਕਾਲ ਪੁਰਖ ਦੇ ਗੁਣ ਪੈਦਾ ਕਰ ਲੇ ਉਹ ਫਿਰ ਆਉਣ ਜਾਣ ਦੇ ਗੇਟ ਚੋਂ ਮੁਕਤ ਹੋ ਜਾਂਦਾ ਹੈ ਮੈਂ ਬਾਕੀ ਹੋਰ ਐਗਜ਼ਾਮਪਲਸ ਵੀ ਲਵਾਂਗਾ ਲੇਕਿਨ ਆਪਾਂ ਆਪਣੇ ਦੂਜੇ ਬੰਦ ਦੀ ਪਹਿਲੀ ਲਾਈਨ ਵਲੋਂ ਨੇ ਹੁਕਮੀ ਹੋਵਨ ਆਕਾਰ ਇੱਥੇ ਜਿਹੜਾ ਹੁਕਮੀ ਲਫ਼ਜ਼ ਹੈ ਕਿਉਂਕਿ ਜਪ ਬਾਣੀ ਬਹੁਤ ਵੱਡਾ ਗਿਆਨ ਹੈ ਔਰ ਇਹ ਕੁਝੇ ਚ ਸਮੁੰਦਰ ਬੰਦ ਕੀਤਾ ਗਿਆ ਔਰ ਇਸ ਦੇ ਅੱਗੇ ਜਿੰਨੀ ਵੀ ਬਾਣੀ ਹੈ ਉਹ ਸਾਰੀ ਬਾਣੀ ਇਸੇ ਦੀ ਐਕਸਪਲੇਨੇਸ਼ਨ ਹੈ ਜਿਹੜੀ ਪਹਿਲੀ ਬਾਣੀ ਹੈ ਜਿਹਦੇ ਤੇ ਕੋਈ ਮਹੱਲਾ ਨਹੀਂ ਹੈ ਜਿਹਦੇ ਤੇ ਕੋਈ ਰਾਗ ਨਹੀਂ ਹੈ ਇਹ ਅਸੀਂ ਚੰਗੀ ਤਰ੍ਹਾਂ ਆਪਣੇ ਪਿਛਲੇਆਂ ਬੈਠਕਾਂ ਦੇ ਵਿੱਚ ਨਖੇੜ ਕੇ ਆਏ ਹਾਂ ਸੋ ਇੱਥੇ ਜਿਹੜਾ ਹੁਕਮੀ ਲਫ਼ਜ਼ ਹੈ ਹੁਕਮੀ ਹੁਣ ਇੱਕ ਇੱਕ ਲਫ਼ਜ਼ ਨੂੰ ਆਪਾਂ ਪਰਖ ਪਰਖ ਕੇ ਵਿਚਾਰ ਵਿਚਾਰ ਕੇ ਅੱਗੇ ਤੁਰਨਾ ਹੁਕਮੀ ਹੁਕਮੀ ਜਿਹੜਾ ਲਫ਼ਜ਼ ਹੈ ਉਹ ਸਿੱਧਾ ਹੀ ਅਕਾਲ ਪੁਰਖ ਵਸਤੇ ਹੈ ਹੁਕਮੀ ਹੁਕਮੀ ਕੌਣ ਹੈ ਅਕਾਲ ਪੁਰਖ ਹੋਵਣੇ ਆਕਾਰ ਉਸ ਦੀ ਰਹਿਮਤ صدਕਾ ਉਸ ਦੇ ਹੁਕਮ صدਕਾ ਦ੍ਰਿਸ਼ਟ ਅਤੇ ਅਦ੍ਰਿਸ਼ਟ ਸਰੂਪ ਜਿਹੜੇ ਆ ਉਹ ਹੋਂਦ ਵਿੱਚ ਆਉਂਦੇ ਆ ਹੁਕਮੀ ਹੋਵਨੇ ਆਕਾਰ ਹੋਵਨੇ ਉਹਦੇ ਹੁਕਮ ਦੇ ਵਿੱਚ ਜਿਹੜੇ ਦ੍ਰਿਸ਼ਟ ਨੇ ਅਦ੍ਰਿਸ਼ਟ ਨੇ ਉਹ ਸਰੂਪ ਸਾਰੇ ਉਦੇ ਹੁਕਮ ਦੇ ਵਿੱਚ ਹੀ ਹੋਂਦ ਦੇ ਵਿੱਚ ਆਉਂਦੇ ਨੇ ਸਰਗੁਣ ਸਰੂਪ ਜਿਹੜਾ ਦ੍ਰਿਸ਼ਟ ਹੈ ਨਿਰਗੁਣ ਸਰੂਪ ਜਿਹੜਾ ਅਦ੍ਰਿਸ਼ਟ ਹੈ ਆਪਾਂ ਸਾਰੇ ਨਜ਼ਰ ਆਉਂਦੇ ਆ ਲੇਕਿਨ ਕੋਸ਼ ਸਰੂਪ ਐਸੇ ਨੇ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਨੂੰ ਅਸੀਂ ਸਾਇੰਸ ਦੀ ਮਦਦ ਦੇ ਨਾਲ ਮਾਈਕਰੋਸਕੋਪ ਦੇ ਨਾਲ ਦੇਖਦੇ ਹਾਂ ਜਿਹੜੇ ਅਦ੍ਰਿਸ਼ਟ ਨੇ ਅਸੀਂ ਉਹਨਾਂ ਨੂੰ ਇਨ੍ਹਾਂ ਅੱਖਾਂ ਨਾਲ ਦੇਖ ਨਹੀਂ ਸਕਦੇ ਹੁਕਮੀ ਹੋਵ ਨੇ ਆਕਾਰ ਇਹ ਸਾਰੇ ਜਿਹੜੇ ਦ੍ਰਿਸ਼ਟ ਔਰ ਅਦ੍ਰਿਸ਼ਟ ਸਰੂਪ ਨੇ ਇਹ ਉਸ ਦੇ ਹੁਕਮ ਦੇ ਵਿੱਚ ਹੀ ਆਉਂਦੇ ਨੇ ਉਹਦੀ ਰਹਿਮਤ ਦਾ صدਕਾ ਹੀ ਹੋਂਦ ਵਿੱਚ ਆਉਂਦੇ ਨੇ ਹੁਕਮ ਨਾ ਕਿਹਾ ਜਾਏ ਪਰ ਇਹ ਜਿਹੜਾ ਆਰਡਰ ਹੈ ਇਹ ਜਿਹੜਾ ਹੁਕਮ ਹੈ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਉਹਦੀ ਪਾਵਰ ਕੀ ਹੈ ਉਹ ਕਿਸ ਹੱਦ ਤੱਕ ਹੈ ਨਾ ਇਹ ਕੋਈ ਵੀ ਬਿਆਨ ਨਹੀਂ ਕਰ ਸਕਿਆ ਕੁਸ਼ ਬ੍ਰह्म ਗਿਆਨ ਅੱਗੇ ਗੁਰਬਾਣੀ ਦੇ ਵਿੱਚ ਆਏਗਾ ਜਿਹੜੇ ਉਥੋਂ ਤੱਕ ਜਿਨ੍ਹਾਂ ਨੇ ਪਹੁੰਚ ਕੀਤੀ ਹੈ ਕੋਈ ਸ਼ਬਦ ਸਾਡੇ ਕੋਲ ਹਨ ਐਸੇ ਗੁਰਬਾਣੀ ਦੇ ਵਿੱਚ ਜਿਨ੍ਹਾਂ ਨੂੰ ਕੇਵਲ ਮਹੱਲਿਆਂ ਨੇ ਜਾਂ ਭਗਤਾ ਨੇ ਬਿਆਨ ਕੀਤਾ। ਉਹਨਾਂ ਦਾ ਜ਼ਿਕਰ ਵੀ ਆਪਾਂ ਕਰਾਂਗੇ। ਪਰ ਲੇਕਿਨ ਇੱਥੇ ਜਿਹੜਾ ਹੁਕਮ ਦੇ ਮੰਮੇ ਨੂੰ ਔਂਕੜ ਹੈ ਇਹ ਆਪਾਂ ਗੱਲ ਕਰਦੇ ਆ ਰਹੇ ਹਾਂ ਕਿ ਇੱਕੋ ਨਾਮ ਹੁਕਮ ਹੈ। ਨਾਨਕ ਸਤ ਗੁਰੇ ਦੀਆ ਬੁਝਾਏ ਜੀ। ਹੁਣ ਇੱਥੇ ਜਿਹੜਾ ਥੋੜਾ ਜਿਹਾ ਡਿਫਰੈਂਟ ਗੱਲ ਆਏਗੀ ਅੱਗੇ ਜਾ ਕੇ ਇਹਦਾ ਵੀ ਇਹਦਾ ਵੀ ਜਿਹੜਾ ਨਖੇੜਾ ਹੋ ਜਾਏਗਾ ਸੋ ਕਨਫਿਊਜ਼ ਨਹੀਂ ਹੋਣਾ ਉਸ ਅਕਾਲ ਪੁਰਖ ਦੀ ਰਜ਼ਾ ਦੇ ਅੰਦਰ ਦ੍ਰਿਸ਼ਟ ਅਤੇ ਅਦ੍ਰਿਸ਼ਟ ਸਰੂਪ ਜਿਹੜੇ ਆ ਹੋਂਦ ਵਿੱਚ ਆਉਂਦੇ ਆ ਲੇਕਿਨ ਉਸ ਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਹੁਕਮ ਕਿ ਸਹੱਦ ਤੱਕ ਹੈ ਹੁਣ ਹੁਕਮੀ ਸਬੇ ਉਪਜੈ ਹੁਕਮੀ ਕਾਰ ਕਮਾਏ ਹੁਕਮੀ ਕਾਲੈ ਵਸ ਹੈ ਕਾਲੈ ਵਸ ਹੈ ਇਹਨੂੰ ਏ ਐਕਸੈਂਟੀ ਹੈ ਕੋਈ ਬਹੁਤਾ ਵਹਿਮ ਨਹੀਂ ਕਰਨਾ ਕਿ ਅਸੀਂ ਗੁਰਬਾਣੀ ਗਲਤ ਪੜ ਰਹੇ ਹਾਂ ਜਾਂ ਸਹੀ ਪੜ ਰਹੇ ਹਾਂ ਕੋਈ ਇਹਦਾ ਉਚਾਰਨ ਦਾ ਇਹ ਆਪਣਾ ਆਪਣਾ ਐਕਸੈਂਟ ਹੈ ਹਰ ਥਾਂ ਦਾ ਪਰ ਜਿਹੜਾ ਮੀਨਿੰਗ ਹੈ ਉਹ ਕਾਲ ਕਈ ਲੋਕ ਕਾਲ ਕਹਿੰਦੇ ਆ ਕਈ ਇਹਨੂੰ ਕਾਲਾ ਪੜਦੇ ਆ ਕਈ ਕਾਲਾ ਪੜਦੇ ਆ ਕਾਲ ਦੇ ਵਿੱਚ ਸੋ ਇਹਦਾ ਕੋਈ ਵਹਿਮ ਨਹੀਂ ਹੈ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਈ ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸਮਾਹਿ ਨਾਨਕ ਜੋਤਿਸ ਭਾਵੈ ਸੋ ਥੀਐ ਇਨਾਂ ਜਨਤਾ ਵਸ ਕਿਛ ਨਾਹੀ ਹੁਕਮ ਨਾ ਕਹਿਆ ਜਾਇ ਇਹ ਆਪਾਂ ਬਿਆਨ ਨਹੀਂ ਕਰ ਸਕਦੇ ਆਪਾਂ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਹਦੇ ਹੁਕਮ ਦੀ ਕੀ ਤਾਕਤ ਹੈ ਉਹਦੇ ਹੁਕਮ ਦੀ ਕੀ ਪਾਵਰ ਹੈ ਇੱਕ ਇੱਕ ਗੱਲ ਨੂੰ ਅਗਲੀ ਲਾਈਨ ਜਿਹੜੀ ਹੈ ਇਹ ਖੋਲੇਗੀ ਇਹੀ ਬਿਊਟੀ ਹੈ ਬਾਣੀ ਦੀ ਕਈ ਵਾਰੀ ਕਹਿ ਦਿੰਦੇ ਆ ਕਿ ਆਹ ਲਿਖਿਆ ਹੈ ਲੇਕਿਨ ਮੈਂ ਇੱਕ ਬੇਨਤੀ ਕਰਦਾ ਕਿ ਅਗਲੀ ਲਾਈਨ ਜਾਂ ਪੂਰਾ ਬੰਦ ਪੜ੍ਹ ਕੇ ਸਾਨੂੰ ਦੇਖਣਾ ਚਾਹੀਦਾ ਵੀ ਉਹ ਕਿਸ ਸਬਜੈਕਟ ਤੇ ਕਿਵੇਂ ਕਿਹੜੇ ਸੰਦਰਭ ਦੇ ਵਿੱਚ ਗੱਲ ਕਰ ਰਿਹਾ ਹੈ ਨੈਕਸਟ ਲਾਈਨ ਜਿਹੜੀ ਆਉਂਦੀ ਆ ਉਹ ਕਹਿੰਦੀ ਹੁਕਮੀ ਹੋਵਨੇ ਜੀ ਹੁਕਮੇ ਮਿਲੇ ਵਡਿਆਈ ਹੁਣ ਉਹੀ ਉੱਪਰਲੀ ਲਾਈਨ ਹੋਰ ਖੁੱਲ ਰਹੀ ਹੈ ਕਿੰਦੇ ਸਾਰੇ ਜੀਵਾਂ ਦਾ ਜਿਹੜਾ ਜੀਵਨ ਹੈ ਉਹਦੇ ਹੁਕਮ ਦੇ ਵਿੱਚ ਹੀ ਸ਼ੁਰੂ ਹੁੰਦਾ ਹੈ ਹੁਕਮੀ ਹੋਵਣੇ ਜੀ ਉਹ ਉਹਦੇ ਹੁਕਮ ਦੇ ਵਿੱਚ ਹੀ ਹੁੰਦੇ ਨੇ ਔਰ ਉਸ ਦੇ ਹੁਕਮ ਦੇ ਵਿੱਚ ਹੀ ਉਹਨਾਂ ਨੂੰ ਵਡਿਆਈ ਮਿਲਦੀ ਹੈ ਹੁਣ ਇਹ ਵਡਿਆਈ ਕੀ ਹੈ ਵਡਿਆਈ ਇਸੇ ਬਾਣੀ ਚੱਗੇ ਆਏਗਾ ਉਹ ਹੈ ਪੰਚ ਪਰਵਾਨ ਪੰਚ ਪਰਵਾਨ ਜਿਹਨੂੰ ਅਸੀਂ ਕਹਿੰਦੇ ਆ ਰਹੇ ਹਾਂ ਕਿ ਆ ਅਵਸਥਾ ਆਨੰਦ ਦੀ ਆ ਗਈ ਹੈ ਆ ਅਵਸਥਾ ਦਸਮ ਦਵਾਰ ਖੁੱਲ ਗਿਆ ਕਿਸੇ ਦਾ ਆ ਅਵਸਥਾ ਬ੍ਰह्म ਗਿਆਨ ਪ੍ਰਗਟ ਹੋ ਗਿਆ ਹੈ ਆ ਅਵਸਥਾ ਕਿ ਉਹਦੇ ਅੰਦਰ ਪ੍ਰਕਾਸ਼ ਹੋ ਗਿਆ ਹੈ ਆ ਅਵਸਥਾ ਕਿ ਉਹਨੇ ਆਪਣੇ ਜਿਹੜੀ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹਨੇ ਆਪਣੇ ਜੋਤ ਨੂੰ ਉਸ ਅਕਾਲ ਪੁਰਖ ਦੀ ਜੋਤ ਦੇ ਵਿੱਚ ਮਿਲਾ ਦਿੱਤਾ ਹੈ ਇਹ ਹੈ ਸਾਰੀ ਵਡਿਆਈ ਸੋ ਇਸ ਚੀਜ਼ ਨੂੰ ਸਮਝਣਾ ਇੱਕ ਇੱਕ ਲਾਈਨ ਬੜਾ ਧਿਆਨ ਨਾਲ ਇਹਦੇ ਹੁਕਮੀ ਹੋਵਨਾਕਾਰ ਹੁਕਮਨ કહે ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਆਪਾਂ ਇਹਦਾ ਪਾਠ ਕਰਕੇ ਲੰਘ ਜੰਨੇ ਆ ਮੈਂ ਕਈ ਵਾਰ ਬੇਨਤੀ ਕੀਤੀ ਹੈ ਠੀਕ ਹੈ ਮੁਬਾਰਕ ਹੈ ਜਿਨ੍ਹਾਂ ਨੂੰ ਇਸ ਤਰ੍ਹਾਂ ਆਨੰਦ ਆ ਰਿਹਾ ਜਿਨ੍ਹਾਂ ਨੂੰ ਇਸ ਤਰ੍ਹਾਂ ਜਿਨ੍ਹਾਂ ਦਾ ਮਨ ਲੱਗ ਰਿਹਾ ਜਿਨ੍ਹਾਂ ਦੀ ਤਰੱਕੀ ਹੋ ਰਹੀ ਹੈ ਉਹਨਾਂ ਨੂੰ ਮੁਬਾਰਕ ਹੈ ਲੇਕਿਨ ਆਪਾਂ ਸਮਝੇ ਸੁਝੇ ਪੜ ਪੜ 부ਝੇ ਆਪਾਂ ਇੱਕ ਇੱਕ ਅੱਖਰ ਨੂੰ ਇੱਕ ਇੱਕ ਲਾਈਨ ਨੂੰ ਪੜ ਪੜ ਕੇ 부ਝ 부ਝ ਕੇ ਉਹਨੂੰ ਸਮਝ ਸਮਝ ਕੇ ਆਪਣੇ ਅੰਦਰ ਢਾਲਣਾ ਹੈ ਉਹਨੂੰ ਪ੍ਰੈਕਟੀਕਲ ਜੀਉਣਾ ਹੈ। ਫਕਮੀ ਹੋਵਨੇ ਆਕਾਰ ਹੁਕਮ ਨਾ ਕਿਹਾ ਜਾਈ। ਆਕਾਰ ਦੇ ਵਿੱਚ ਦ੍ਰਿਸ਼ਟ ਔਰ ਅਦ੍ਰਿਸ਼ਟ ਪਰ ਇਸ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੁਕਮੀ ਹੋਵਨੇ ਜੀ ਹੁਕਮ ਮਿਲੈ ਵਡਿਆਈ ਉਹਦੇ ਹੁਕਮ ਦੇ ਵਿੱਚ ਹੀ ਸਾਰੇ ਜੀਵ ਆਉਂਦੇ ਨੇ ਹੁਕਮੇ ਮਿਲੈ ਵਡਿਆਈ ਔਰ ਉਹਦੇ ਹੁਕਮ ਦੇ ਵਿੱਚ ਹੀ ਉਹਨਾਂ ਨੂੰ ਵਡਿਆਈ ਮਿਲਦੀ ਹੈ ਸੋ ਇਹ ਵਡਿਆਈ ਕੀ ਹੈ ਇਸ चीज ਨੂੰ ਪਹਿਲਾਂ ਆਪਾਂ ਸਮਝੀ ਕਰ ਕਰ ਵੇਖੇ ਕੀਤਾ ਆਪਣਾ ਜੀਵ ਇਸ ਦੀ ਵਡਿਆਈ ਅੱਗੇ ਜਾ ਕੇ ਆਏਗਾ ਇਹ ਸਾਰੇ ਜਿਹੜੇ 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 ਅੱਖਰ ਆਏ ਨੇ ਜਿਹੜੇ ਸ਼ਬਦ ਵਰਤੇ ਗਏ ਨੇ ਉਹਨਾਂ ਦੇ ਬਹੁਤ ਵੱਡੇ ਵੱਡੇ मीनिंग ਨੇ ਵਡਿਆਈ ਇਸੇ ਵਡਿਆਈ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਆਨੰਦ ਕਰਮਖੰਡ ਦਸ਼ਮ ਦਵਾਰ ਪੰਚ ਪਰਵਾਨ ਇਹ ਸਾਰੀ ਵਡਿਆਈ ਹੈ ਗੁਰਮੁਖੇ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਇਹ ਜਿਹੜੀ ਅਸੀਂ ਨਾਮ ਦੀ ਸੇਵਾ ਕਰਦੇ ਆ ਇਹਦੇ ਅਨੁਸਾਰ ਹੀ ਸਾਨੂੰ ਵਡਿਆਈ ਮਿਲਣੀ ਹੈ ਅਵਸਥਾ ਮਿਲਣੀ ਹੈ ਸੋ ਇਹ ਵਡਿਆਈ ਕੀ ਹੈ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਸੁਣੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ ਜਿਸ ਅਕਾਲ ਪੁਰਖ ਦਾ ਧਰਮ ਦਾ ਨਿਆਹ ਹੈ ਉਹ ਦੀ ਸਿਫਤ ਸਲਾ ਜਿਹੜਾ ਕੀਰਤਨ ਹੈ ਨੰਨੇ ਨੂੰ ਔਂਕੜ ਹੈ ਇਥੇ ਇਹ ਸੀ ਚੀਜ਼ਾਂ ਵਿਚਾਰਦੇ ਆ ਰਹੀਆਂ ਗੱਲਾਂ ਬਹੁਤ ਐ ਬਾਰੀਕ ਨੇ ਲੇਕਿਨ ਅਸੀਂ ਟਪਲਾ ਤਾਂ ਖਾਣੇ ਆ ਕਿ ਅਸੀਂ ਉਹਦੇ ਸਪੈਲਿੰਗਸਲ ਔਰ ਉਹਨੂੰ ਪੂਰਾ ਨਹੀਂ ਪੜਦੇ ਹੁਣ ਆ ਕੀਰਤਨ ਦੀਵਾਨ ਲੱਗਦੇ ਨੇ ਬਾਅਦ ਦੇ ਵਿੱਚ ਅਰਦਾਸ ਹੁੰਦੀ ਹੈ ਗ੍ਰੰਥੀ ਜੀ ਅਰਦਾਸ ਕਰਦੇ ਨੇ ਕਿ ਐ ਗੁਰਮੁਖਾ ਨੇ ਕੀਰਤਨ ਕੀਤਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਵੀ ਕਲਯੁਗ ਦੇ ਵਿੱਚ ਕੀਰਤਨ ਹੀ ਸਾਰਾ ਕੁਝ ਹੈ ਪਰ ਉਹ ਅਗਲੀ ਲਾਈਨ ਪੜ੍ਹਦੇ ਹੀ ਨਹੀਂ ਕੀ ਕਹਿੰਦੀ ਹੈ ਅਗਲੀ ਲਾਈਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਕਿਹੜਾ ਕੀਰਤਨ ਕਿੱਦਾਂ ਦਾ ਕੀਰਤਨ ਕਹਿੰਦੇ ਗੁਰਮੁਖੇ ਜਪਿਐ ਲਾਏ ਧਿਆਨਾ ਆ ਕੀਰਤਨ ਇਹਦੀ ਡੈਫੀਨੇਸ਼ਨ ਅਸੀਂ ਲੈਂਦੇ ਆਵਾਂਗੇ ਹਰ ਥਾਂ ਤੇ ਅਸੀਂ ਇਹ ਇੱਕ ਜਿਹੜਾ ਫਾਰਮੂਲਾ ਲੱਗ ਗਿਆ ਗੁਰਬਾਣੀ ਦੇ ਵਿੱਚ ਉਹਨੂੰ ਹਰ ਥਾਂ ਤੇ ਅਸੀਂ ਲਾਉਣਾ ਕੀਰਤਨ ਉਹ ਹੈ ਜਦੋਂ ਇਹ ਸਤਨ ਦੇ ਅੰਦਰ ਅਕਾਲ ਪੁਰਖ ਦੀ ਕੀਰਤ ਉਹਦੇ ਨਾਮ ਦੀ ਕੀਰਤ ਸ਼ੁਰੂ ਹੋ ਜਾਵੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਹੁਣੇ ਅਕਾਲ ਪੁਰਖ ਦੀ ਸਿਫਤ ਸਲਾਹ ਦਾ ਜਿਹੜਾ ਕੀਰਤਨ ਹੈ ਜਿਹੜਾ ਨਾਮ ਅਭਿਆਸ ਵਾਲਾ ਕੀਰਤਨ ਹੈ ਜਿਹੜਾ ਧਿਆਨ ਲਾ ਕੇ ਜਪਣਾ ਹੈ ਇਹੋ ਜੀਵ ਵਾਸਤੇ ਸਾਡੇ ਵਾਸਤੇ ਸਭ ਤੋਂ ਵੱਡੀ ਉੱਤਮ ਉੱਚੀ ਸੁੱਚੀ ਕਰਨੀ ਹੈ ਅਕਾਲ ਪੁਰਖ ਦੀ ਵਡਿਆਈ ਅਕਾਲ ਪੁਰਖ ਦਾ ਨਾਮ ਅਭਿਆਸ ਉਹਦੇ ਸ਼ਬਦ ਦਾ ਅਭਿਆਸ ਸਭ ਤੋਂ ਚੰਗਾ ਕੰਮ ਹੈ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਰੱਬ ਦਾ ਸਿਮਰਨ ਸਭ ਤੋਂ ਉੱਚਾ ਸਾਡਾ ਸਾਡੇ ਜਨਮ ਦਾ ਮਨੋਰਥ ਹੀ ਇਹ ਹੈ ਕਿ ਅਸੀਂ ਨਾਮ ਜਪੀਏ ਉਸ ਦੀ ਸਿਫਤ ਕਰਨੀ ਵਡਿਆਈ ਕਰਨੀ ਹੈ ਜੋ ਅਕਾਲ ਪੁਰਖ ਕਿਸੇ ਨੂੰ ਪੁੱਛ ਕੇ ਦਾਨ ਨਹੀਂ ਦਿੰਦਾ ਕਿਸੇ ਨੂੰ ਪੁੱਛ ਕੇ ਕਿਸੇ ਨੂੰ ਵਡਿਆਈ ਨਹੀਂ ਦਿੰਦਾ ਉਸ ਦੀ ਵਡਿਆਈ ਕਰਨੀ ਉੱਤਮ ਕੰਮ ਹੈ ਐਸੇ ਅਕਾਲ ਪੁਰਖ ਦੀ ਭਗਤੀ ਕਰਨੀ ਐਸੇ ਅਕਾਲ ਪੁਰਖ ਦੀ ਉਪਾਸਨਾ ਕਰਨੀ ਐਸੇ ਅਕਾਲ ਪੁਰਖ ਦੀ ਵਡਿਆਈ ਕਰਨੀ ਹੀ ਉੱਤਮ ਕੰਮ ਹੈ ਔਰ ਉਹੀ ਵਡਿਆਈ ਜਿਹੜੀ ਹੈ ਉਹ ਇੱਕ ਅਵਸਥਾ ਅਭਿਆਸੀ ਨੂੰ ਮਿਲਦੀ ਹੈ ਜਿਹੜਾ ਉਹਦੇ ਹੁਕਮ ਦੇ ਵਿੱਚ ਆਇਆ ਹੈ ਹੁਕਮੇ ਮਿਲੇ ਵਡਿਆਈ ਅਗਲੀ ਗੱਲ ਹੁਕਮੀ ਉੱਤਮ ਨੀਚ ਹੁਕਮੇ ਲਿਖ ਦੁਖ ਸੁਖ ਪਾਈਏ ਹੁਣ ਕਰਮ ਆ ਗਏ ਹੁਣ ਜੀ ਆ ਗਏ ਸੋ ਨਾਲ ਉਹਦੇ ਕਰਮ ਵੀ ਆ ਗਏ ਉੱਤਮ ਨੀਚ ਦੋਨਾਂ ਨੂੰ ਔਂਕੜ ਜਿਹੜੀ ਅਪਰ ਕਲਾਸ ਹੈ ਔਰ ਲੋਅਰ ਕਲਾਸ ਹੈ ਇਹ ਵੀ ਉਸ ਦੇ ਬਾਣੇ ਦੇ ਵਿੱਚ ਹੈ ਇਹ ਉਦੋਂ ਵੀ ਸੀ ਹੁਣ ਵੀ ਹੈ ਗਾਂ ਵੀ ਰਹੇਗੀ ਇਹ ਵੀ ਉਸ ਦੀ ਮਰਜ਼ੀ ਹੈ ਰਜ਼ਾ ਹੈ ਕਈ ਜਿਹੜੇ ਆ ਉਹ ਉੱਤਮ ਹੋ ਜਾਂਦੇ ਆ ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਪੂਰਬਲੇ ਕਰਮ ਬਿਲਕੁਲ ਸਪਸ਼ਟ ਹੈ ਲੇਮਨ ਲੈਂਗੁਏਜ ਦੇ ਵਿੱਚ ਕਿ ਜਿਹੜਾ 15 ਮਿੰਟ ਪਹਿਲਾਂ ਵੀ ਅਸੀਂ ਕੰਮ ਕੀਤਾ ਹੈ ਉਹ ਸਾਡਾ ਪੂਰਬਲਾ ਕਰਮ ਹੈ ਇਸੇ ਕਰਕੇ ਗੁਰਸਿੱਖ ਦਾ ਸਿੱਖ ਦਾ ਜਗਿਆਸੂ ਦਾ ਅਭਿਆਸੀ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਉਹਦਾ ਸੱਚ ਬੋਲਣਾ ਉਹਦੇ ਆਪਣੇ ਅਸੂਲ ਜਿਹੜੇ ਉਹਨੇ ਆਪਣੇ ਰਹਿਣ ਸਹਿਣ ਵਾਸਤੇ ਆਪ ਬਣਾਏ ਸੀ ਸੁਣਦੇ ਆ ਸਾਰਿਆਂ ਦੀ ਵੀ ਇਹ ਸਾਡਾ ਅਸੂਲ ਹੈ ਇਹ ਸਾਡਾ ਅਸੀਂ ਆਪਣਾ ਅਸੂਲ ਬਣਾਇਆ ਹਾਂ ਅਸੂਲ ਜੇ ਬਣਾਇਆ ਤੇ ਉਹਦਾ ਫਿਰ ਅਭਿਆਸੀ ਦਾ ਉਹਦਾ ਫਰਜ਼ ਹੈ ਜਾਂ ਬਣਾਉਣ ਵਾਲੇ ਦਾ ਫਰਜ਼ ਹੈ ਕਿ ਪਹਿਲਾਂ ਉਹਦੇ ਤੇ ਆਪ ਅਮਲ ਕਰੇ ਜੇ ਫਰਜ਼ ਕਰ ਲਓ ਅਸੀਂ ਕਿਸੇ ਦੇ ਘਰ ਜਾਈਦਾ ਤੇ ਉਹ 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 ਕਈ ਵਾਰੀ ਬੇਨਤੀ ਕਰ ਦਿੰਦੇ ਆ ਭਾਈ ਸਾਹਿਬ ਜੀ ਜੋੜੇ ਇੱਥੇ ਹੀ ਲਾ ਦਿਓ ਦਰਵਾਜੇ ਦੇ ਅੱਗੇ ਹੈ ਨਾ ਇਹ ਉਹਨਾਂ ਦਾ ਅਸੂਲ ਹੈ ਅਸੀਂ ਵੀ ਜਾਣੇ ਆ ਕਈਆਂ ਦੇ ਘਰਾਂ 'ਚ ਉਹ ਬੇਨਤੀ ਕਰ ਦਿੰਦੇ ਆ ਕਿ ਸਾਡੇ ਘਰ ਮਹਾਰਾਜ ਦਾ ਪ੍ਰਕਾਸ਼ ਹੈ ਸੋ ਆਪਾਂ ਇਹ ਇਹ ਅਸੀਂ ਆਪਣਾ ਅਸੂਲ ਬਣਾਇਆ ਕਿ ਅਸੀਂ ਆਪਣੇ ਜੋੜੇ ਜੁੱਤੀ ਬਾਹਰ ਲਾ ਕੇ ਜਾਣੀ ਹੈ ਇਹ ਸੂਲ ਬਣਾ ਲਿਆ ਉਹਨਾਂ ਨੇ ਉਹਦੇ ਤੇ ਫਿਰ ਅਮਲ ਹੁਣ ਗੁਰਸਿੱਖ ਵਸਤੇ ਗੁਰਸੇਖ ਸ਼ਕਲੋ ਸੂਰਤ ਨਾਲ ਸਰੂਪ ਨਾਲ ਤੇ ਬਣ ਗਿਆ ਪਰ ਅੰਦਰ ਸੱਚੀ ਨਾ ਹੋਵੇ ਇਹ ਨਾ ਫੇਰੀਆਂ ਝੂਠ ਚਕਾਰੀਆਂ ਚਲਾਕੀਆਂ ਚਤਰਾਈ ਕਰਦਾ ਹੋਵੇ ਗੁਣ ਪ੍ਰਗਟ ਨਹੀਂ ਹੋਣਗੇ ਇਹੀ ਸਾਨੂੰ ਬਾਣੀ ਨੇ ਅਭਿਆਸ ਕਰਵਾਇਆ ਬਾਣੀ ਨੇ ਸਾਨੂੰ ਗਿਆਨ ਦਿੱਤਾ ਕਿ ਜੇਕਰ ਇੰਨਾ ਉੱਚਾ ਸੁੱਚਾ ਨਾਮ ਜਪਣਾ ਹੈ ਤੇ ਆਪ ਵੀ ਮਿਹਨਤ ਕਰਨੀ ਪਵੇਗੀ ਆਪਣੇ ਆਪ ਨੂੰ ਤਰਸਣਾ ਵੀ ਪਵੇਗਾ ਇਹ ਆਪ ਕਰਨਾ ਪਵੇਗਾ ਗੁਰਪ੍ਰਸਾਦ ਵੀ ਤੈਉਂ ਕੰਮ ਕਰੇਗਾ ਗੋਡ ਹੈਲਪ ਦੋਸ ਹੂ ਹੈਲਪ ਥੈਮਸੈਲਫਸ ਸੱਚਾ ਸੋ ਹੁਕਮੀ ਉਤਮ ਨੀਚ ਹੁਕਮੇ ਲਿਖ ਦੁਖ ਸੁਖ ਪਾਈ ਹੈ ਇੱਕ ਜਿਹੜੇ ਆ ਬਹੁਤ ਚੰਗੇ ਇੱਕ ਜਿਹੜੇ ਮਾੜੇ ਇਹ ਵੀ ਉਹਦੀ ਮਰਜ਼ੀ ਹੈ ਉਹਦੀ ਰਜ਼ਾ ਹੈ ਸੋ ਉਹ ਜਿਹੜੇ ਦੁੱਖ ਸੁੱਖ ਉਹਦੇ ਹੁਕਮ ਦਾ ਸਦਕਾ ਹੀ ਜੀਵਨ ਵਿੱਚ ਭੁਗਤਾਨ ਕਰ ਰਹੇ ਹਾਂ ਅਸੀਂ ਕਰਮਾਂ ਦੇ ਅਨੁਸਾਰ ਜਿਹੜੇ ਸਾਡੇ ਪੂਰਬਲੇ ਕਰਮ ਨੇ ਉਹਨਾਂ ਦੇ ਅਨੁਸਾਰ ਦੁੱਖ ਸੁੱਖ ਦਾ ਅਸੀਂ ਭੁਗਤਾਨ ਕਰ ਰਹੇ ਅੱਛਾ ਹੁਣ ਹੈ ਜੀ ਚੰਗੇ ਕੰਮ ਹੀ ਕਰੀ ਜਾਂਦੇ ਚੰਗੇ ਕੰਮ ਹੀ ਕਰੀ ਜਾਂਦੇ ਆ ਜਿੱਦਾਂ ਉਹ ਇਹ ਇੱਕ ਕਿਹੜਾ ਹੈ ਆ ਆ ਬੋਧ ਧਰਮ ਬੋਧ ਧਰਮ ਦੇ ਵਿੱਚ ਬੜਾ ਹੈ ਕਿ ਆ ਕੰਮ ਕਰੋ ਜੀ ਇਦਾਂ ਚੰਗਾ ਕੰਮ ਕਰੋ ਜੀ ਸਾਡੇ ਵੀ ਬੜਾ ਰਿਵਾਜ ਅੱਜ ਕੱਲ ਕਿ ਆ ਜੀ ਇਦਾਂ ਲੰਗਰ ਬਣਾ ਬਣਾ ਕੇ ਜਾ ਕੇ ਦੇ ਕੇ ਆਉਂਦੇ ਨੇ ਠੀਕ ਹੈ ਅੱਛਾ ਕੰਮ ਹੈ ਆਪਾਂ ਉਹਨੂੰ ਨਿੰਦਦੇ ਨਹੀਂ ਆ ਪਰ ਗੁਰਬਾਣੀ ਦੇ ਅਨਸਾਰ ਗੱਲ ਕਰਨੀ ਬਣਦੀ ਹੈ ਅਸੀਂ ਇੱਥੇ ਆਏ ਆ ਸਾਡਾ ਜਿਹੜਾ ਮਨੋਰਥ ਹੈ ਇਸ ਜਨਮ ਦਾ ਉਹ ਹੈ ਛੁੱਟਣਾ ਇਸ ਜਨਮ ਮਰਨ ਦੀ ਭਵੰਟਣੀ ਤੋਂ ਛੁੱਟਣਾ ਜਨਮ ਮਰਨ ਦੇ ਭੌਣ ਤੋਂ ਛੁੱਟਣਾ ਹੁਣ ਕੀ ਹੈ ਕਿ ਅਸੀਂ ਬਹੁਤ ਚੰਗੇ ਕੰਮ ਕਰੀ ਜਾਵਾਂਗੇ ਤੇ ਉਹਨਾਂ ਦਾ ਫਲ ਲੈਣ ਵਾਸਤੇ ਸਾਨੂੰ ਆਉਣਾ ਪਊਗਾ ਬੜੀ ਬੜੀ ਬਾਰੀਕ ਗੱਲ ਹੈ ਇਹਨੂੰ ਅ ਆਪਾਂ ਸਮਝਣਾ ਹੈ ਆਪਣੇ ਵਾਸਤੇ ਆਪਣੇ ਅਨੁਸਾਰ ਸਮਝਣਾ ਹੈ ਅਸੀਂ ਅਸੀਂ ਚੰਗੇ ਚੰਗੇ ਕੰਮ ਕਰੀ ਜਾਵਾਂਗੇ ਲੰਗਰੀ ਲੰਗਰ ਸ਼ਿਕਾਈ ਜਾਵਾਂਗੇ ਜਾ ਜਾ ਕੇ ਬਹੁਤ ਅੱਛੇ ਹਾਂ ਅਸੀਂ ਪਰ ਲੇਕਿਨ ਫਿਰ ਉਹਦਾ ਵੀ ਭੁਗਤਾਨ ਕਰਨ ਵਾਸਤੇ ਸਾਨੂੰ ਜਨਮ ਚ ਆਉਣਾ ਪਊਗਾ ਤ੍ਰਿਸ਼ਟ ਰੂਪ ਦੇ ਵਿੱਚ ਆਉਣਾ ਪਊਗਾ ਕਰਮ ਦੇ ਅਨੁਸਾਰ ਚੰਗੇ ਕੰਮ ਕਰਾਂਗੇ ਉਹਦਾ ਫਲ ਲੈਣ ਵਾਸਤੇ ਆਉਣਾ ਪਊ ਮਾੜੇ ਕਰਾਂਗੇ ਉਹਨਾਂ ਨੂੰ ਭੁਗਤਣ ਵਾਸਤੇ ਆਉਣਾ ਪਊ ਹੁਕਮੀ ਉਤਮ ਨੀਚ ਹੁਕਮੇ ਲੇਖ ਦੁਖ ਸੁਖ ਪਾਈ ਹੈ ਕਰਮਾਂ ਦੇ ਅਨੁਸਾਰ ਹੀ ਸਾਨੂੰ ਉਹ ਦੁੱਖ ਤੇ ਸੁਖ ਮਿਲਦੇ ਆ ਇਹ ਇਸ ਚੀਜ਼ ਦੀ ਵਿਚਾਰ ਬਹੁਤ ਆਏਗੀ ਅੱਗੇ ਆਪਾਂ ਇਹਨੂੰ ਅੱਗੇ ਜਾ ਕੇ ਸ਼ਬਦ ਦੇ ਅਕੋਰਡਿੰਗਲੀ ਖੋਲਦੇ ਜਾਵਾਂਗੇ ਅੱਛਾ ਇੱਕਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਭਵਾਈਆਂ ਨਾਸਕੀ ਉਚਾਰਨ ਹੋਏਗਾ ਪਵਾਈਆਂ ਜੋ ਪੂਰਬਲੇ ਕਰਮਾਂ ਦਾ ਅਕਾਊਂਟ ਕੈਰੀ ਫਾਰਵਰਡ ਹੋਇਆ ਹੈ ਚੰਗਾ ਜਾਂ ਮਾੜਾ ਜੋ ਵੀ ਬੀਜ ਬੀਜਿਆ ਉਹਦਾ ਭੁਗਤਾਨ ਹੋ ਰਿਹਾ ਹੈ ਅਸੀਂ ਉਹਦਾ ਭੁਗਤਾਨ ਕਰੀ ਜਾ ਰਹੇ ਹਾਂ ਨਾਲ ਦੀ ਨਾਲ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਪੂਰਵਲੇ ਕਰਮ ਦੇ ਅਨੁਸਾਰ ਉਸ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ ਉਸ ਦੀ ਬਖਸ਼ੀਸ਼ ਦੇ ਪਾਤਰ ਬਣ ਜਾਂਦੇ ਨੇ ਇੱਕ ਹੁਕਮੀ ਸਦਾ ਪਵਾਈਆਂ ਦੂਸਰੇ ਜਿਹੜੇ ਆ ਉਹ ਮਾਇਆ ਦੀਆਂ ਭਵੰਟਣੀਆਂ ਦੇ ਵਿੱਚ ਪਾਉਂਦੇ ਰਹਿੰਦੇ ਆ ਉਹ ਭਵੰਟਣੀਆਂ ਚ ਆਗੇ ਬਖਸ਼ੀਸ਼ ਇਹ ਸਾਰਾ ਕੁਝ ਹੁਕਮ ਦੇ ਅੰਦਰ ਹੀ ਹੈ। ਲੇਕਿਨ ਦੂਸਰੇ ਪਾਸੇ ਮਨੁੱਖਾ ਜੀਵ ਇੰਨੀ ਉੱਤਮ ਸਾਜੀ ਹੈ ਅਕਾਲ ਪੁਰਖ ਨੇ ਕਿ ਅਸੀਂ ਆਪਣਾ ਚੰਗਾ, ਮਾੜਾ, ਬੁਰਾ, ਭਲਾ ਸੋਚ ਸਕਦੇ ਹਾਂ ਉਸ ਦੇ ਅਨੁਸਾਰ ਆਪਣੇ ਕੰਮ ਕਰ ਸਕਦੇ ਹਾਂ। ਇੱਕ ਨਾ ਹੁਕਮੀ ਬਖਸ਼ੀਸ਼ ਜਿਹੜੇ ਉਸ ਦੇ ਹੁਕਮ ਦੇ ਅੰਦਰ ਆ ਗਏ ਉਸ ਦੇ ਭਾਣੇ ਦੇ ਅੰਦਰ ਆ ਗਏ ਉਸ ਦੀ ਰਜ਼ਾ ਦੇ ਅੰਦਰ ਆ ਗਏ ਜਿਨ੍ਹਾਂ ਦਾ ਨਾਮ ਅਭਿਆਸ ਜਿਨ੍ਹਾਂ ਨੇ ਆਪਣਾ ਆਧਾਰ ਬਣਾ ਲਿਆ ਜੀਵਨ ਦਾ ਕਿ ਹਾਂ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦੇਖੋ बार-बार ਅਸੀਂ ਜ਼ੋਰ ਦਿੰਨੇ ਆ ਕਿ ਇੱਕ ਭਰੋਸਾ ਬਹੁਤ ਜ਼ਰੂਰੀ ਹੈ ਭਰੋਸਾ ਬਹੁਤ ਜ਼ਰੂਰੀ ਹੈ ਜਿਹੜਾ ਅਦ੍ਰਿਸ਼ਟ ਹੈ ਜਿਹੜਾ ਅਗੋਚਰ ਹੈ ਜਿਹਦੇ ਬਾਰੇ ਸਾਨੂੰ ਪਤਾ ਹੀ ਕੱਖ ਨਹੀਂ ਉਹਦੇ ਤੇ ਭਰੋਸਾ ਕਰਨਾ ਬੜੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਭਰੋਸਾ ਕਰਨਾ ਪਏਗਾ ਇਸ ਤੋਂ ਬਿਨਾ ਗੱਡੀ ਤੁਰਨੀ ਨਹੀਂ ਗਾ ਪਰ ਉਸ ਤੋਂ ਬਾਅਦ ਰਸਾ ਰੱਖ ਕੇ ਪ੍ਰਤੀਤ ਰੱਖ ਕੇ ਇੱਕ ਅਕਾਲ ਪੁਰਖ ਨੂੰ ਮੰਨ ਕੇ ਇੱਕ ਅਕਾਲ ਪੁਰਖ ਤੋਂ ਦੀਖਿਅਤ ਹੋ ਕੇ ਜਦੋਂ ਅਸੀਂ ਲਫ਼ਜ਼ ਦੀਖਿਅਤ ਹੋ ਕੇ ਗੱਲ ਕਰਦੇ ਹਾਂ ਉਸ ਦਾ ਜਿਹੜਾ ਮੀਨਿੰਗ ਹੈ ਜਿਹਦਾ ਸਰੂਪ ਅੱਜ ਕੱਲ ਬੋਲੀ ਦੇ ਅਨੁਸਾਰ ਵਿਗੜ ਗਿਆ ਜਿਹਨੂੰ ਕਹਿ ਦਿੰਦੇ ਆ ਅੰਮ੍ਰਿਤ ਸ਼ਕਾ ਆ ਉਹ ਹੈ ਦੀਖਿਅਤ ਹੋਇਆ ਖੰਡੇ ਬਾਟੇ ਦੀ ਬਾਹੂਲੇ ਆਇਆ ਇਹ ਚ ਬਹੁਤ ਫਰਕ ਪੈਂਦਾ ਜਦੋਂ ਅਸੀਂ ਇਹ ਗੱਲਾਂ ਜਿਹੜੇ ਲਫ਼ਜ਼ ਐ ਗਲਤ ਥਾਂ ਤੇ ਵੜਾ ਦਿੰਨੇ ਆ ਲੇਕਿਨ ਹੁਣ ਉਹ ਸਾਡਾ ਮਾਈਂਡ ਉਹਨਾਂ ਨੂੰ ਐਕਸੈਪਟ ਕਰ ਚੁੱਕਾ ਹੈ ਉਹ ਉਹ ਸਾਡੀ ਜਨਰੇਸ਼ਨ ਵਾਈਜ਼ ਜਨਰੇਸ਼ਨ ਪਰਪੱਕ ਹੋ ਚੁੱਕੇ ਨੇ ਵੀ ਬੰਦਾ ਅਮਰ ਸ਼ਾਹ ਕਹਿਆ ਉਹ ਮੇਰੇ ਮਨ ਨਾਮ ਅਮਰਤ ਪੀਓ ਇਸ ਚੀਜ਼ ਦੀ ਕੀ ਵੈਲਿਊ ਰਹਿ ਜੇਗੀ ਇਸ ਨੂੰ ਗਲਤ ਐਂਗਲ ਨਾਲ ਨਹੀਂ ਲੈਣਾ ਮੈਂ ਸਿਰਫ ਤੇ ਸਿਰਫ ਲਫ਼ਜ਼ ਸਹੀ ਥਾਂ ਤੇ ਵੜਾਉਣ ਦੀ ਗੱਲ ਕਰ ਰਿਹਾ ਹਾਂ ਉਨੂੰ ਕਹਿਣਾ ਹੈ ਖੰਡੇ ਬਾਟੇ ਦੀ ਪੌਲ ਸ਼ਕ ਆਏ ਆ ਔਰ ਬਹੁਤ ਜ਼ਰੂਰੀ ਕੰਮ ਹੈ ਇਸ ਜਨਮ ਦਾ ਮਨੁੱਖਾ ਜਨਮ ਦਾ ਬਹੁਤ ਜ਼ਰੂਰੀ ਕੰਮ ਹੈ ਪੰਜ ਸਿੰਘਾਂ ਕੋਲੋਂ ਪੰਜ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪੌਹਲ ਲੈਣੀ ਪੌਲ ਸ਼ਕਣੀ ਦਿਖਿਤ ਹੋਣਾ ਪੂਰਬਲੇ ਕਰਮਾਂ ਦੇ ਅਨੁਸਾਰ ਅਭਿਆਸੀ ਉਹਦੀ ਬਖਸ਼ਿਸ਼ ਦੇ ਪਾਤਰ ਬਣਦੇ ਆ ਦੂਸਰੇ ਆਪਣੇ ਕਰਮਾਂ ਦੇ ਅਨੁਸਾਰ ਹੀ ਪਿਛਲੇ ਕੀਤੇ ਕਰਮਾਂ ਦੇ ਅਨੁਸਾਰ ਹੀ ਜਿਹੜਾ 15 ਮਿੰਟ ਪਹਿਲਾਂ ਵੀ ਕੀਤਾ ਹੁਣ ਹੈ ਬੜਾ ਅੱਛਾ ਹੈ ਦੇਖਣ ਨੂੰ ਬਹੁਤ ਅੱਛਾ ਸਿੱਖ ਲੱਗ ਰਿਹਾ ਹੈ ਦਾੜਾ ਖੁੱਲਾ ਪ੍ਰਕਾਸ਼ ਜਿਹਨੂੰ ਕਹਿ ਦਿੰਦੇ ਆ ਦਾੜਾ ਪ੍ਰਕਾਸ਼ ਹੋਇਆ ਦਸਤਾਰ ਸਜੀ ਹੈ ਬੜਾ ਸੋਹਣਾ ਬਾਣਾ ਪਾਇਆ ਬੜਾ ਹੀ ਸੋਹਣਾ ਸਰੂਪ ਹੈ ਬੜਾ ਵੈਗਰੂ ਵੈਗਰੂ ਕਰਦਾ ਬਹੁਤ ਬਾਣੀ ਪੜਦਾ ਲੇਕਿਨ ਉਹ ਕਪੜਾ ਵੇਚਣ ਲੱਗਿਆਂ ਉਹ ਮੀਟਰ ਦੇ ਵਿੱਚ ਹਿਰਾਫੇਰੀ ਕਰਦਾ ਭਾਰ ਤੋਲਣ ਲੱਗਿਆਂ ਚੀਨੀ ਦਾ ਉਹਦੇ ਚ ਹਿਰਾਫੇਰੀ ਕਰ ਜਾਂਦਾ ਲੈਣ ਦੇਣ ਚ ਹਿਰਾਫੇਰੀ ਕਰ ਜਾਂਦਾ ਬੇਈਮਾਨੀ ਕਰ ਜਾਂਦਾ ਉਹਦਾ ਕੀ ਕਰਾਂਗੇ ਉਹ ਅਕਾਲ ਪੁਰਖ ਤੋਂ ਕੁਝ ਗੁੱਝਾ ਨਹੀਂ ਹੈ ਇਹੀ ਚੀਜ਼ ਅਸੀਂ ਸਵਾਰਨੀ ਹੈ ਇਹੀ ਚੰਗੇ ਗੁਣ ਅਸੀਂ ਧਾਰਨੇ ਨੇ ਕਿ ਜੋ ਵੀ ਕਰਨਾ ਹੈ ਸਹੀ ਕਰਨਾ ਹੈ ਜੋ ਵੀ ਕਰਨਾ ਹੈ ਸਹੀ ਕਰਨਾ ਹੈ ਉਹ ਬਾਪੂ ਜੀ ਨੂੰ ਪੁੱਛਿਆ ਅਸੀਂ ਪਿਤਾ ਜੀ ਨੂੰ ਪੁੱਛਿਆ ਵੀ ਅ ਗੁਰਸਖ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਸੋਚੀ ਪੈ ਗਏ ਕਹਿੰਦੇ ਵੀ ਕਿੰਨੇ ਕਿ ਦੱਸ ਮੈਂ ਕਿ ਥੋੜੀ ਜੀ ਦੱਸੋ ਜਿਹੜੀ ਮੇਰੇ ਸਮਝ ਆ ਜੇ ਕਿੰਦੇ ਗੁਰਸੇਖ ਉਹ ਹੈ ਜੋ ਆਪਣਾ ਕੰਮ ਜਿਹੜਾ ਵੀ ਉਹ ਕਰ ਰਿਹਾ ਹੈ ਉਹ ਸਹੀ ਕਰ ਰਿਹਾ ਹੈ ਬਿਲਕੁਲ ਜਦੋਂ ਉਹਨੂੰ ਕੋਈ ਨਹੀਂ ਵੀ ਦੇਖ ਰਿਹਾ ਕੀ ਬਾਤ ਸਿੰਪਲ ਲਫ਼ਜ਼ ਦੇ ਵਿੱਚ ਉਹੇ ਭਰੋਸਾ ਹੀ ਹੈ ਨਾ ਉਹ ਸਕਾਲਪੁਰਖ ਦਾ ਡਾਰੀ ਹੈ ਉਹਦੀ ਰਜ਼ਾ ਹੀ ਹੈ ਕਹਿੰਦੇ ਆਪਣਾ ਕੰਮ ਉਹ ਉਦੋਂ ਵੀ ਉਦਾਂ ਹੀ ਕਰ ਰਿਹਾ ਹੈ ਜਦੋਂ ਉਹਨੂੰ ਕੋਈ ਨਹੀਂ ਦੇਖ ਰਿਹਾ ਆਹੀ ਚੀਜ਼ ਅਸੀਂ ਸਿੱਖਣੀ ਹੈ ਗੁਰਬਾਣੀ ਚੋਂ ਅੰਦਰ ਅੰਦਰ ਜੋ ਅਸੀਂ ਕਰਨਾ ਆਪਣਾ ਐਨਾਲਿਸਿਸ ਆਪ ਕਰਨਾ ਪਾਈ ਸਾਨੂੰ ਆਪ ਆਪਣਾ ਪਤਾ ਆਪਣੀਆਂ ਗਲਤੀਆਂ ਜੋ ਕਰਦੇ ਆ ਜੋ ਝੂਠ ਚਕਾਰੀਆਂ ਚਤਰ ਚਲਾਕੀਆਂ ਅਸੀਂ ਕਰਦੇ ਆ ਚਤਰਾਈਆਂ ਕਰਦੇ ਆ ਉਹਨਾਂ ਉਹਨਾਂ ਦੇ ਬਾਰੇ ਤੇ ਅਸੀਂ ਆਪ ਹੀ ਜਾਣਦੇ ਆ ਬਸ ਇਸੇ ਚੀਜ਼ ਤੋਂ ਮੁਕਤ ਹੋਣਾ ਅਸੀਂ ਇੰਨਾ ਕੀ ਫਰਕ ਹੈ ਇਹੀ ਜਿਹੜੀ ਹੈ ਛੋਟੀ ਜੀ ਪਾਲ ਹੈ ਕਿਵ ਕੂੜਾ ਟੁੱਟੇ ਪਾਲ ਇਹ ਗੁਣਾ ਨੂੰ ਧਾਰਨਾ ਹੀ ਪਊਗਾ ਚੰਗੇ ਮੰਦੇ ਦੀ ਸਾਰ ਲੈਣੀ ਪਾਉਗੀ ਸਮਝਣਾ ਪਊਗਾ ਕਿਹੜਾ ਕੰਮ ਸਾਡੇ ਵਾਸਤੇ ਚੰਗਾ ਹੈ ਕਿਹੜਾ ਮਾੜਾ ਹੈ ਮਾੜਿਆਂ ਨੂੰ ਛੱਡਣਾ ਪਊਗਾ ਤਿਆਗਣਾ ਪਊਗਾ ਚੰਗਿਆਂ ਨੂੰ ਅਡਾਪਟ ਕਰਨਾ ਪਊ ਬਖਸ਼ੀਸ਼ ਦੇ ਪਾਤਰ ਤਾਈਓ ਬਣਾਗੇ ਵਡਿਆਈ ਦੇ ਪਾਤਰ ਤਾਈਓ ਬਣਾਗੇ ਨਹੀਂ ਤੇ ਭੋਂਦੇ ਰਵਾਂਗੇ ਪਰ ਹੈ ਉਹਦੇ ਹੁਕਮ ਚ ਹੀ ਹੈ ਕੀ ਕਰੀਏ ਇਹਦਾ ਸਿਸਟਮ ਹੈ ਇਹ ਇੱਕ ਪ੍ਰਬੰਧ ਹੈ ਅੱਗੇ ਚੱਲੀਏ ਹੁਕਮ ਹੈ ਅੰਦਰ ਸਭ ਕੋ ਗੱਲਾਂ ਉਹੀ ਨੇ ਸਾਰੀਆਂ ਹੁਕਮ ਹੈ ਅੰਦਰ ਸਭ ਕੋ ਕੋਈ ਬਾਹਰੀ ਪਾਵਰ ਨਹੀਂ ਹੈ ਕੋਈ ਸਬਸਟੀਟਿਊਟ ਨਹੀਂ ਹੈ ਇਹ ਪ੍ਰੂਸਾ ਨਾ ਕਰਨਾ ਹੀ ਸਭ ਤੋਂ ਵੱਡੀ ਡਿਜ਼ੀਜ਼ ਹੈ ਧਰਮ ਦੀ ਬਹੁਤ ਸਾਰੀਆਂ ਪ੍ਰਬੰਧ ਦੇ ਵਿੱਚ ਕਮੀਆਂ ਪੇਸ਼ੀਆਂ ਆ ਜਾਂਦੀਆਂ ਨੇ ਜਿਹੜਾ ਚੱਲ ਰਿਹਾ ਹੁੰਦਾ ਹੈ ਲੇਕਿਨ ਇੱਕ ਗੱਲ ਨਵੇੜ ਦਿਵਾ ਕਿ ਭਰੋਸਾ ਨਾ ਕਰਨਾ ਹੀ ਸਭ ਤੋਂ ਵੱਡੀ ਬਿਮਾਰੀ ਹੈ ਅਸੀਂ ਗੱਲਾਂ ਸੁਣਦੇ ਆ ਕਿ ਫਲਾਣੇ ਕਹਿਣਾ ਨਹੀਂ ਚਾਹੀਦਾ ਕਿ ਫਲਾਣੇ ਪਾਠੀ ਨੇ 8-10 ਪੰਨੇ ਇਕੱਠੇ ਥੱਲ ਦਿੱਤੇ ਉਹ ਰੌਲ ਲਾਉਂਦਾ ਸੀ 8-10 ਪੰਨੇ ਉਹਨੇ ਇਕੱਠੇ ਥੱਲ ਦਿੱਤੇ ਹਾਂ ਉਹਨੂੰ ਥੱਲ ਦਿੱਤੇ ਉਹਨੂੰ ਕੋਈ ਦੇਖ ਜਿਹਾ ਨਹੀਂ ਰਿਹਾ ਪਰ ਇਹ ਉਹ ਭੁੱਲ ਗਿਆ ਕਿ ਅਕਾਲ ਪੁਰਖ ਦੇਖ ਰਿਹਾ ਉਹਦੇ ਸਾਹਮਣੇ ਸਾਰਾ ਕੁਝ ਹੈ ਸਾਰਾ ਕੱਚਾ ਚਿੱਠਾ ਉਹਨੇ ਖੋਲ ਕੇ ਰੱਖ ਦੇਣਾ ਅੱਗੇ ਸੋ ਉਹਨੇ ਸੋਚਿਆ ਵੀ ਕੋਈ ਦੇਖ ਨਹੀਂ ਰਿਹਾ ਤੇ ਮੈਂ ਦਾਵਾ-ਦਾਵੇ ਚੱਕਦਾ ਕੰਮ ਹੈ ਬੜੀਆਂ ਬੜੀਆਂ ਕਹਾਣੀਆਂ ਬਣੀਆਂ ਨੇ ਜੇ ਜੀ ਚੁਟਕੀ ਪਾਠ ਜੇ ਜੀ ਥੱਬੀ ਪਾਠ ਇਹ ਬੜੀਆਂ ਪਿੰਡਾਂ ਥਾਈ ਲੋਕਾਂ ਨੇ ਗੱਲਾਂ ਬਣਾਈਆਂ ਨੇ ਪਰ ਚਲੋ ਖੈ ਇਹ 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 ਹੁੰਦਾ ਤੇ ਤਾਈਆਂ ਗੱਲਾਂ ਬਣਦੀਆਂ ਨੇ ਨਾ ਕੋਈ ਚੀਜ਼ ਵਾਪਰਦੀ ਹੈ ਤਾਂ ਹੀ ਉਹ ਗੱਲ ਬਣਦੀ ਹੈ ਸੋ ਭਰੋਸਾ ਕਰਨਾ ਪਊ ਅਕਾਲ ਪੁਰਖ ਤੇ ਭਰੋਸਾ ਕਰਕੇ ਆਪਣੇ ਆਪ ਨੂੰ ਐਨ ਸੱਚ ਦੇ ਰਾਹ ਤੇ ਤੁਰਨਾ ਪਊ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਕੋਈ ਬਾਹਰੀ ਪਾਵਰ ਨਹੀਂ ਹੈ ਜਿਹੜੀ ਇਸ ਪ੍ਰਬੰਧ ਨੂੰ ਚਲਾ ਰਹੀ ਹੈ ਇੱਕ ਉਸ ਅਕਾਲ ਪੁਰਖ ਦਾ ਹੁਕਮ ਹੀ ਹੈ ਨਬੇੜਾ ਹੋਣ ਲੱਗਾ ਹੁਣ ਰਿਜ਼ਲਟ ਆਉਣ ਲੱਗਾ ਸਟੈਂਜ਼ਾ ਖਤਮ ਹੋ ਰਿਹਾ ਬੰਦ ਖਤਮ ਹੋ ਰਿਹਾ ਪਦਾ ਖਤਮ ਹੋ ਰਿਹਾ ਕਹਿੰਦੇ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨ ਕੋਇ ਜਿਸ ਨੂੰ ਉਸ ਇੱਕ ਅਕਾਲ ਪੁਰਖ ਦੇ ਉਸ ਇੱਕ ਪ੍ਰਭੂ ਦੇ ਉਸ ਇੱਕ ਰੱਬ ਦੇ ਪਾਣੇ ਦੇ ਵਿੱਚ ਰਹਿਣ ਦੀ ਸੋਝੀ ਆ ਗਈ ਉਹ ਮਾਇਆ ਵਿੱਚ ਨਹੀਂ ਉਹ ਹਉਮੈ ਵਿੱਚ ਨਹੀਂ ਆਏਗਾ ਹਉਮੈ ਇਹ ਲਫ਼ਜ਼ ਹੈ ਹਉਮੈ ਹੁਣ ਇਸ ਚੀਜ਼ ਨੂੰ ਸਮਝਣਾ ਹੈ ਕਿ ਇਹ ਲਫ਼ਜ਼ ਜਿਹੜੇ ਕੱਲੇ-ਕੱਲੇ ਆਉਂਦੇ ਨੇ ਹਉਮੈ ਕਾਮ ਕ੍ਰੋਧ ਲੋਭ ਮੋਹ ਇਹ ਜਿੱਥੇ-ਕਿਤੇ ਇੱਕ ਲਫ਼ਜ਼ ਵੀ ਆ ਰਿਹਾ ਹੈ ਕਿਉਂਕਿ ਸਰੂਪ ਮਾਇਆ ਦਾ ਹੀ ਆ ਰੂਪ ਮਾਇਆ ਦਾ ਹੀ ਹੈ ਸੋ ਜਿੱਥੇ ਕਿਤੇ ਇੱਕ ਲਫ਼ਜ਼ ਵੀ ਆ ਰਿਹਾ ਹੈ ਉੱਥੇ ਜਿਹੜੇ ਬਾਕੀ ਚਾਰ ਨੇ ਉਹ ਆਟੋਮੈਟਿਕਲੀ ਉਹਦੇ ਨਾਲ ਅਟੈਚ ਨੇ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨ ਕੋਈ ਉਸ ਹੁਕਮ ਨੂੰ ਬੁੱਝਣ ਤੋਂ ਬਾਅਦ ਉਸ ਅਕਾਲ ਪੁਰਖ ਦੇ ਇੱਕ ਹੁਕਮ ਨੂੰ ਸਮਝਣ ਤੋਂ ਬਾਅਦ ਜੀਵ ਮਾਇਆ ਦੀਆਂ ਭੌਂਟਣੀਆਂ ਚ ਨਹੀਂ ਆਏਗਾ ਹਉਮੈ ਵਿੱਚ ਨਹੀਂ ਆਏਗਾ ਕਾਮ, ਕ੍ਰੋਧ, ਲੋਭ, ਮੋਹ ਦੇ ਵਿੱਚ ਨਹੀਂ ਆਏਗਾ ਐਡੀ ਵੱਡੀ ਤਾਕਤ ਹੈ ਹੁਕਮ ਦੀ ਇਹਨੇ ਇੱਕ ਕੰਮ ਨਹੀਂ ਕਰਨਾ ਇਹਨੇ ਸਿਰਫ ਸਾਨੂੰ ਹਉਮੈ ਤੋਂ ਨਹੀਂ ਬਚਾਉਣਾ ਕਿ ਕਾਮ ਨੂੰ ਕਾਮ ਤੋਂ ਬਚਾਉਣ ਵਾਸਤੇ ਫਿਰ ਦੂਜਾ ਹੁਕਮ ਆਉ ਨਾ ਹੁਕਮ ਤੇ ਇੱਕੋ ਹੀ ਹੈ ਇੱਕ ਅਕਾਲ ਪੁਰਖ ਹੈ ਇੱਕ ਉਹਦਾ ਹੁਕਮ ਚੱਲ ਰਿਹਾ ਵਾ ਉਸ ਹੁਕਮ ਨੇ ਹੀ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਸਭ ਤੋਂ ਵੱਡੀ ਜਿਹੜੀ ਡੈਨ ਐ ਮਾਇਆ ਇਹਦੇ ਚੋਂ ਸਾਨੂੰ ਕੱਢ ਕੇ ਲੈ ਜਾਣਾ। ਇਹਦੇ ਚੋਂ ਸਾਨੂੰ ਬਚਾ ਲੈਣਾ। ਆ ਇਸ ਪਦੇ ਦਾ ਹੁਕਮੀ ਤੇ ਹੁਕਮ ਦੀ ਗੱਲ ਇਸ ਪਦੇ ਦੇ ਵਿੱਚ ਕੀਤੀ ਗਈ ਹੈ। ਹਕਮੀ ਨੇ ਕੰਮ ਕੀਤਾ। ਉਸ ਕੰਮ ਵਿੱਚ ਕੋਈ ਕਿਸੇ ਦੀ ਦਖਲਅੰਦਾਜ਼ੀ ਨਹੀਂ ਹੋ ਸਕਦੀ। ਨਾ ਉਹ ਹਕਮੀ ਦਾ ਹੀ ਰਹੇਗਾ। ਹੁਣ ਆਪਾਂ ਬਾਕੀ ਐਗਜ਼ਾਮਪਲਸ ਗੁਰਬਾਣੀ ਚੋਂ ਲੈਣੀਆਂ ਨੇ। ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕਿਉਂ ਏ ਹੁਣ ਸਚਿਆਰ ਲਫ਼ਜ਼ ਵੀ ਆਇਆ ਸੀ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਜਿਹੜੇ ਹੁਣ ਸਤਿਗੁਰੂ ਦੇ ਕੋਲ ਬਹਿਣ ਦਾ ਕੀ ਹੈ ਕਿ ਕੋਲ ਬੈਠਾ ਉਹ ਬੈਠਾ ਭਾਈ ਉਹਦਾ ਤਾਂ ਪਤਾ ਹੀ ਕੱਖ ਨਹੀਂ ਸਾਨੂੰ ਕਿਹੜਾ ਕਿੱਦਾਂ ਦਾ ਸਰੂਪ ਹੈ ਕਿੱਦਾਂ ਦੀ ਸ਼ਕਲ ਹੈ ਉਹ ਬਸ ਇੱਕੋ ਭਰੋਸਾ ਉਹਦੇ ਪਾਣੇ ਦੇ ਵਿੱਚ ਜਿਹੜਾ ਉਹਦੇ ਪਾਣੇ ਦੇ ਵਿੱਚ ਆ ਗਿਆ ਹਰ ਜਲਥਲ ਮਹੀਲ ਭਰਪੂਰ ਦੂਜਾ ਨਾਹੀਂ ਨਾਹੀਂ ਕੋਏ ਗੁਰੂ ਰਾਮਦਾਸ ਪਾਸ਼ਾ ਦੀ ਉਚਾਰੀ ਹੋਈ ਬਾਣੀ ਐ ਪੌੜੀ ਹਰ ਜਲਥਲ ਮਹੀਲ ਭਰਪੂਰ ਦੂਜਾ ਨਾਹੀਂ ਨਾਹੀਂ ਕੋਏ ਹਰ ਆਪ ਵੇ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਹੋਏ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪੱਪੀ ਕੋ ਡੰਡ ਦੀ ਹੋਈ ਪੱਪੀ ਕੋ ਡੰਡ ਦੀ ਹੋਈ ਉਹ ਕਾਲਪੁਰਖ ਹਰ ਥਾਂ ਤੇ ਵਿਆਪਕ ਹੈ ਉਹਦੇ ਬਰਾਬਰ ਦਾ ਕੋਈ ਨਹੀਂ ਹੈ ਉਹ ਆਪ ਹੀ ਜੀਵਾਂ ਦੇ ਚੰਗੇ ਮੰਦੇ ਦੇ ਅਨੁਸਾਰ ਕਰਮਾਂ ਦੇ ਅਨੁਸਾਰ ਨਿਆਂ ਕਰਦਾ ਹੈ ਜਿਹੜੇ ਮਨ ਦੇ ਖੋਟੇ ਹੋਣਗੇ ਉਸ ਤੋਂ ਲੋਕ ਨਹੀਂ ਸਕਦੇ ਔਰ ਜਿਹੜੇ ਸਚਿਆਰ ਹੋਣਗੇ ਉਹਨਾਂ ਤੋਂ ਅਕਾਲ ਪੁਰਖ ਨਹੀਂ ਲੋਕ ਸਕਦਾ ਸੱਚ ਦੇ ਵਪਾਰੀ ਹੋਣਗੇ ਬਖਸ਼ੀਸ਼ ਮਿਲੇਗੀ ਅਸੀਸ ਮਿਲੇਗੀ ਵਡਿਆਈ ਮਿਲੇਗੀ ਇਹੀ ਨਿਆਹ ਹੈ ਧਰਮ ਦਾ ਇੱਕ ਅਕਾਲ ਪੁਰਖ ਦੀ ਇਬਾਦਤ ਬਸ ਇੱਕ ਅਕਾਲ ਪੁਰਖ ਦੀ ਇਬਾਦਤ ਹੀ ਸਭ ਕੁਝ ਹੈ ਬਾਕੀ ਸਭ ਝੂਠ ਹੈ। ਇਹ ਕਰਨੀ ਪਏਗੀ ਉਸ ਅਕਾਲ ਪੁਰਖ ਤੇ ਭਰੋਸਾ ਕਰਕੇ ਇਹ ਇਬਾਦਤ ਕਰਨੀ ਪਏਗੀ ਸਤ ਗੁਰ ਕੈ ਪਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ। ਮਹਲਾ ਤੀਜਾ ਸਤ ਗੁਰ ਕੈ ਪਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ। ਉਹ ਦਰਗਾਹ ਦੇ ਵਿੱਚ ਉਹਨੂੰ ਆਦਰ ਮਾਣ ਸਤਕਾਰ ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਈ ਜਿਹੜਾ ਮਨ ਦੇ ਵਿੱਚ ਨਾਮ ਦੀ ਜੋਤ ਉਸ ਅਕਾਲ ਪੁਰਖ ਦੀ ਜੋਤ ਪ੍ਰਗਟ ਹੋਗੀ ਉਹਨੂੰ ਕੋਈ ਵੀ ਤਾਕਤ ਹਿਰਦੇ ਚੋਂ ਦੂਰ ਨਹੀਂ ਕਰ ਸਕਦੀ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਪਰ ਇਹ ਮਿਲਣੀ ਉਹਨੂੰ ਹੀ ਹੈ ਜਿਹੜਾ ਉਹਦੀ ਕਿਰਪਾ ਦਾ ਪਾਤਰ ਬਣੇਗਾ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖੇ ਬੂਝੈ ਕੋਇ ਕੋਈ ਗੁਰਮੁਖ ਧੀਵ ਇਹ ਭੇਦ ਸਮਝ ਜਾਂਦਾ ਹੈ ਉਸ ਦੇ ਬਾਣੇ ਦੇ ਅੰਦਰ ਆ ਜਾਂਦਾ ਹੈ ਭਰੋਸੇ ਦੇ ਅੰਦਰ ਆ ਜਾਂਦਾ ਹੈ ਪ੍ਰਤੀਤ ਦੇ ਅੰਦਰ ਆ ਜਾਂਦਾ ਹੈ ਇੱਕ ਅਕਾਲ ਪੁਰਖ ਦੀ ਇਬਾਦਤ ਕਰਦਾ ਹੈ ਇੱਕ ਅਕਾਲ ਪੁਰਖ ਤੋਂ ਦੀਖਤ ਹੁੰਦਾ ਹੈ ਓਹੀ ਤਰੇਗਾ ਸੰਸਾਰ ਤੋਂ ਇੱਕ ਕਸੂਰ ਸਾਰਾ ਭਰੋਸੇ ਨਾ ਕਰਨ ਦੀ ਹੈ ਅਸੀਂ ਇੱਕ ਅਕਾਲ ਪੁਰਖ ਤੇ ਭਰੋਸਾ ਨਾ ਕਰਕੇ ਫਿਰ ਅਸੀਂ ਬੰਦਿਆਂ ਦੇ ਚੱਕਰ 'ਚ ਫਸ ਜਾਂਦੇ ਆ ਅ ਸੋ ਕਾਲਡ ਜਿਹੜਾ ਅ ਕਈ ਇਹ ਵੀ ਗੱਲ ਕਹਿਣੀ ਨਹੀਂ ਚਾਹੀਦੀ ਵੈਸੇ ਬਾਣੀ ਦੇ ਅਨੁਕੂਲ ਜਿੱਥੇ ਕਿਤੇ ਆਏਗੀ ਉੱਥੇ ਗੱਲ ਕਰ ਵੀ ਲਵਾਂਗੇ ਲੇਕਿਨ ਅਸੀਂ ਕਈ ਵਾਰੀ ਬੰਦਿਆਂ ਨੂੰ ਸਮਝ ਬੈਠਦੇ ਆ ਕਿ ਇਹੀ ਸਾਡਾ ਸਾਰਾ ਕੁਝ ਹੈ ਇਹਨਾਂ ਨੇ ਕਹਿ ਜਣਾ ਤੇ ਅ ਸਾਡੇ ਜਿਹੜੇ ਦੁਨਿਆਵੀ ਕੰਮ ਨੇ ਸਾਰੇ ਹੋ ਜਣੇ ਅਸੀਂ ਦੁਨੀਆਂ ਤੋਂ ਤਰ ਜਣਾ ਇਹ ਸ਼ਾਰਟਕਟ ਭਾਲਦੇ ਆਂ ਅਸੀਂ ਪਰ ਮਿਹਨਤ ਕਰਨੀ ਪਵੇਗੀ ਇਹ ਮਿਹਨਤ ਤੋਂ ਬਿਨਾ ਗੁਜ਼ਾਰਾ ਨਹੀਂ ਹੋਏਗਾ ਨਾਮ ਜਪਣ ਤੋਂ ਬਿਨਾ ਗੁਜ਼ਾਰਾ ਨਹੀਂ ਹੋਏਗਾ ਸੰਜੋਗ ਵਿਜੋਗ ਉਪਾਇਨ ਸ੍ਰਿਸ਼ਟੀ ਦਾ ਮੂਲ ਰਚਾਇਆ ਹਕਮੀ ਸ਼੍ਰਿਸ਼ਟ ਸਾਜੀਅਨ ਜੋਤੀ ਜੋਤੇ ਮਿਲਾਇਆ ਇਹ ਪਰਮਾਤਮਾ ਨੇ ਐ ਯੂਨੀਅਨ ਸੈਪਰੇਸ਼ਨ ਸੰਜੋਗ ਵਿਜੋਗ ਇਹ ਇਹਦਾ 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 ਇੱਕ ਅਸੂਲ ਬਣਾਇਆ ਇਹਦਾ ਇੱਕ ਮੁੱਢ ਬਣਿਆ ਹੁਕਮੀ ਸ੍ਰਿਸ਼ਟ ਸਾਜੀਅਨ ਉਹਨੇ ਆਪਣੇ ਹੁਕਮ ਦੇ ਵਿੱਚ ਇਹ ਸ੍ਰਿਸ਼ਟੀ ਸਾਜੀ ਹੈ ਜੀਵ ਦੀ ਆਤਮਾ ਦੇ ਵਿੱਚ ਆਪਣੀ ਜੋਤ ਰਲਾਈ ਹੈ ਅਸੀਂ बस ਪ੍ਰਗਟ ਕਰਨੀ ਹੈ ਰੱਬ ਤੇ ਹੈ ਸਾਡੇ ਅੰਦਰ ਹੈ ਹਰ ਇੱਕ ਦੇ ਅੰਦਰ ਹੈ ਬਸ ਅਸੀਂ ਉਹਨੂੰ ਪ੍ਰਗਟ ਨਹੀਂ ਕਰ ਸਕਦੇ ਜੋਤੀ ਹੂੰ ਸਭ ਚਾਨਣਾ ਸਤਿਗੁਰੇ ਸ਼ਬਦ ਸੁਣਾਇਆ ਇਹ ਸਾਰਾ ਪ੍ਰਕਾਸ਼ ਉਸ ਇੱਕ ਅਕਾਲ ਪੁਰਖ ਦੀ ਜੋਤ ਤੋਂ ਹੀ ਆਇਆ ਹੈ ਇਹ ਜਿਹੜਾ ਬਚਨ ਹੈ ਇਹ ਜਿਹੜਾ ਨਾਮ ਹੈ ਜਿਹੜਾ ਸ਼ਬਦ ਹੈ ਇਹ ਸਤਿਗੁਰੂ ਨੇ ਆਪ ਹੀ ਸੁਣਾਇਆ ਹੈ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦਾ ਲਾਇਆ। ਬ੍ਰਹਮਾ ਵਿਸ਼ਨੂੰ ਸ਼ਿਵ ਪੈਦਾ ਕਰਕੇ ਉਹਨਾਂ ਨੂੰ 23 ਗੁਣਾ ਦੇ ਧੰਦੇ ਚ ਉਹਨੇ ਹੀ ਪਾਇਆ। ਮਾਇਆ ਕਾ ਮੂਲ ਰਚਾਇਉਨ ਤੁਰਿਆ ਸੁਖ ਪਾਇਆ। ਤੁਰਿਆ ਗੁਣ ਮਿਲ ਸਾਧ ਪਛਾਣੇ ਬਹੁਤ ਉੱਚੀ ਅਵਸਥਾ ਹੈ। ਰਜੋ ਤਮੋ ਸਤੋਜ ਜਦੋਂ ਤਿੰਨੇ ਚੀਜ਼ਾਂ ਕ੍ਰੋਸ ਹੋ ਜਾਂਦੀਆਂ ਨੇ ਇੱਕ ਚੌਥਾ ਗੇੜ ਚੱਲਦਾ ਤੁਰਿਆ ਅਵਸਥਾ ਦਾ ਤੁਰਿਆ ਗੁਣ ਮਿਲ ਸਾਧ ਪਛਾਣਾ ਹੈ ਤੁਰਿਆ ਸੁਖ ਪਾਇਆ ਖੱਖੇ ਨੂੰ ਔਂਕੜ ਹੈ ਜਿੱਥੇ ਆਨੰਦ ਹੈ ਜਿੱਥੇ ਦਸਮਦਵਾਰ ਖੁੱਲਦਾ ਹੈ ਜਿਹਨੂੰ ਅਸੀਂ ਕਹਿੰਨੇ ਚਾਨਣਾ ਹੋ ਗਿਆ ਪ੍ਰਕਾਸ਼ ਹੋ ਗਿਆ ਜੋਤ ਇੱਕ ਮਿਕ ਹੋ ਗਈ ਉਸੇ ਦੀ ਜੋਤ ਇੱਕ ਮਿਕ ਹੋਏਗੀ ਜੋ ਤੁਰਿਆ ਅਵਸਥਾ ਵਿੱਚ ਪਹੁੰਚਿਆ ਹੈ ਤੁਰਿਆ ਅਵਸਥਾ ਬੜਾ ਇੰਪੋਰਟੈਂਟ ਲਫ਼ਜ਼ ਹੈ ਬੜਾ ਘੱਟ ਯੂਜ਼ ਕੀਤਾ ਗਿਆ ਗੁਰਬਾਣੀ ਦੇ ਵਿੱਚ ਇਹ ਸਾਡੀ ਆਪਣੀ ਬੋਲੀ ਦੇ ਮਹੱਲਿਆਂ ਦੇ ਭਗਤਾਂ ਦੇ ਆਪਣੇ ਲਫ਼ਜ਼ ਨੇ ਸੋ ਬੜੀ ਇਹਨਾਂ ਦੀ ਅਹਿਮੀਅਤ ਹੈ ਇੱਕ ਇੱਕ ਲਫ਼ਜ਼ ਦੀ ਆਪਾਂ ਇਹਨਾਂ ਨੂੰ ਹੀ ਵਿਚਾਰ ਰਹੇ ਹਾਂ ਆਪਣੇ ਇਸ ਡਿਸਕਸ਼ਨ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਦੇ ਜਿਹੜਾ ਅਸੀਂ ਇਹ ਡੇਢ ਪਾਉਣੇ ਦੋ ਸਾਲ ਤੋਂ ਕਰਦੇ ਆ ਰਹੇ ਹਾਂ ਕਿ ਸਾਨੂੰ ਉਸ ਪ੍ਰਮਾਤਮਾ ਦੇ ਗੁਣਾਂ ਬਾਰੇ ਉਸ ਪ੍ਰਮਾਤਮਾ ਬਾਰੇ ਪਤਾ ਲੱਗ ਜੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੇ ਤਾਂ ਹੋਮੈ ਕਹਿ ਨਾ ਕੋਈ ਇੱਥੇ ਦੂਜਾ ਪਦਾ ਸਮਾਪਤ ਹੁੰਦਾ ਇੱਥੇ ਅਸੀਂ ਅੱਜ ਦੀ ਬੈਠਕ ਦੀ ਸਮਾਪਤੀ ਕਰਦੇ ਹਾਂ